ਜਿਹੜੇ ਕਿ ਪਹਿਲੀ ਵਾਰ ਹੋਇਆ ਕਿ ਰੈਡ ਐਂਟਰੀ ਕਰਤੀ ਉਹਦੇ ਕਿਸਾਨ ਦੇ ਕਿਲੇ ਨੂੰ ਬੈਨਰ ਬੈਨਰ ਔਰ ਦੂਸਰੀ ਗੱਲ ਜਿੱਥੇ ਆਹ ਪੜ ਲਓ ਪੁਰਾਣੀ ਦੀ ਗੱਲ ਹੈ ਹਰ ਕਰਤੀ ਜੁਟਰ ਦੇਖ ਮੈਂ ਯਾਰ ਕੋਈ ਨਾ ਫਾਇਲਾਂ ਵਿੱਚ ਬੋਲੋ ਕਿਸਾਨਾਂ ਦੀ ਗੱਲ ਜਿਹੜੀ ਸਿੱਧੀ ਬਚਾਈ ਝੋਨੇ ਦੀ ਇਹਨਾਂ ਨੇ ਕਿਹਾ 1500 ਰੁਪਇਆ ਦੇਵਾਂਗੇ ਪਰ ਏਕੜ ਉਹਦੇ ਤੋਂ ਵੀ ਭੱਜ ਗਏ ਉਹ ਲੋਕ ਉੱਥੇ ਚੀਕਾ ਮਾਰੀ ਤੁਰੇ ਜਾਂਦੇ ਆ ਸੰਗਰੂਰ ਚ ਪਤਾ ਨੀ ਕਿੰਨੇ 100 ਏਕੜ ਜਿਹੜੀ ਆ ਫਸਲ ਤਬਾਹ ਹੋ ਗਈ ਕਿਸੇ ਨੂੰ ਰੁਪਇਆ ਨਹੀਂ ਮਿਲਿਆ ਔਰ ਇਹ ਉਹ ਲੋਕ ਅਰਵਿੰਦ ਕੇਜਰੀਵਾਲ ਜਿਹੜਾ ਟੈਂਕੀ ਤੇ ਚੜੀ ਕੁੜੀ ਨੂੰ ਕਹਿੰਦਾ ਸੀ ਆ ਮੇਰੇ ਕੋ ਭਈਆ ਮੰਨਦੇ ਹੋ ਆ ਮੇਰੀ ਬਹਿਨ ਹੋ ਆਪ ਇੱਕ ਵਾਰ ਸਰਕਾਰ ਬਣਾਓ ਸਬਸੇ ਪਹਿਲੇ ਮੈਂ ਆਪਕੋ ਨੌਕਰੀ ਦਵਾਂਗਾ ਅੱਜ ਉਹ ਭੈਣ ਦੀ ਚੁੰਨੀ ਇਹਨਾਂ ਪੁਲਿਸ ਵਾਲਿਆਂ ਨੇ ਇਹ ਸਰਕਾਰ ਨੇ ਸੜਕਾਂ ਤੇ ਭਜਾ ਭਜਾ ਕੇ ਇੱਜ਼ਤ ਬੋਲੀ ਇਹ ਉਹ ਮੁੱਖ ਮੰਤਰੀ ਹੈ ऑडियो भी मिल गई लोगों ने सुन ली पर हल करी प्रोटेस्ट है कांग्रेस पार्टी मेजर ओपोजिशन पार्टी है असि हर इन्हों की गलत नीति लोगों तक ले जानी है बदलाव के नाते बरगला के झूठे लारे ला के सत्ता दे विच आई मान सरकार दूजियां स्टेटां दे विच कह रहे हैं कि पंजाब दे विच भ्रष्टाचार बिल्कुल खत्म हो गया जबकि इन्हां दा मंत्री कैबिनेट मंत्री फौजा सिंह सरारी जिहदी आडियो वीडियो रिलीज हो चुकी है और भगवंत मान जी कोल अज तो 20 दिन पहला पहुंच चुकी है मानसा दे विच विजय सिंगला जी नूं हालांकि कोई सबूत नहीं सी एक स्टंट रच के उन्हां नूं गिरफ्तार किया सी पर साफ सुथरा प्रशासन फौजा सिंह सरारी नूं ना तां गिरफ्तार किया गया ते ना बर्खास्त किया गया एदूं शर्म दी गल होर कोई हो नहीं सकदी इन्हां दा जिहड़ा पर्दाफाश हो चुके संगरूर जिमी चोन दे विच लोकां ने इन्हां नूं फतवा देता भी तुसीं हुण जिहड़े झूठ दे सारे ते आए सी लोकां दा विश्वास तुहाडे तों उठ चुका है ਅਸੀਂ ਦੇਖ ਰਹੇ ਹਾਂ ਆਪਣੇ ਹਲਕੇ 'ਚ ਵੀ ਦੇਖ ਰਹੇ ਹਾਂ ਤੇ ਹੋਰ ਵੀ ਸੱਜੇ ਖੱਬੇ ਸੁਣ ਰਹੇ ਹਾਂ ਜਿਹੜੀ ਕਰਪਸ਼ਨ ਦੀ ਗੱਲ ਇਹਨਾਂ ਨੇ ਕੀਤੀ ਸੀ ਅਸੀਂ ਕਰਪਸ਼ਨ ਜੇ ਕੋਈ ਕਰਦਾ ਸੀ ਤਾਂ ਅਸੀਂ ਉਹਦੇ ਅਫਸਰ ਦਾ ਚੂਹ ਕੱਢਦੇ ਸੀ ਤਾਂ ਆਪਣੇ ਬੰਦਿਆਂ ਨੂੰ ਇਹ ਸੁਨੇਹਾ ਦਿੱਤਾ ਸੀ ਕਿ ਜੇ ਤੁਹਾਡੇ ਕੋਈ ਪੈਸਾ ਮੰਗਦਾ ਸਾਡੇ ਧਿਆਨ ਦੇ ਵਿੱਚ ਲਾਇਓ ਤਾਂ ਫਿਰ ਅਸੀਂ ਜਾਵਾਂਗੇ ਦੋ ਅਫਸਰ ਜਾਣੇ ਤੇ ਸੋ ਇਸ ਕਰਕੇ ਅੱਜ करप्शन चार गुना वध गया जे अज नशे की गल करिए तो नशा चार गुना वध गया अज केड़ा धंधा उन्होंने बंद कर दिता यह दसिया जाए आम आदमी पार्टी के मैं सारे पंजाब के जी उन्होंने लीडरशिप है उन्होंने मुख्यमंत्री असी यह पूछना चाहते हैं एक नवा ही काम सुप्रीमो केजरीवाल साहब अज जो सुप्रीमो ਜਿਹੜਾ ਵੀ ਜੋ ਦਿੱਲੀ ਤੋਂ ਕਹਿੰਦਾ ਤੇ ਉਹ ਇਹ ਕਰਦੇ ਤੇ ਮਰਜੀ ਬੜੇ ਆ ਇਹਨਾਂ ਨੂੰ ਇਹ ਹੁਕਮ ਉਹਦੇ ਦੀ ਪਾਲਣਾ ਕਰਦੇ ਆ ਅੱਜ ਜਦੋਂ ਵਿਧਾਨ ਸਭਾ ਦਾ ਸੈਸ਼ਨ ਚੱਲਦਾ ਸੀ ਅਸੀਂ ਹਾਊਸ ਦੇ ਵਿੱਚ ਪੂਰਾ ਪ੍ਰੋਟੈਸਟ ਕੀਤਾ ਫੌਜਾ ਸਿੰਘ ਸਰਾਰੀ ਦੇ ਅਗੇਂਸਟ ਵੀ ਇਹਨੂੰ ਬਰਖਾਸਤ ਕਰੋ ਹਾਊਸ ਨੂੰ ਪੂਰਾ ਅਸੀਂ ਘੇਰ ਕੇ ਰੱਖਿਆ ਮੁੱਖ ਮੰਤਰੀ ਉੱਥੋਂ ਮਜਬੂਰ ਹੋ ਗਿਆ ਬਹਿ ਨਹੀਂ ਸਕਿਆ ਹਾਊਸ ਦੇ ਵਿੱਚ ਤੇ ਮੁੱਖ ਮੰਤਰੀ ਕਹੇ ਸਾਥੀਆਂ ਨੂੰ ਬਾਹਰ ਕਹਿੰਦਾ ਕਿਤੇ ਆਪਣੇ ਸਾਥੀਆਂ ਨੂੰ ਗੱਲ ਲੀਕ ਹੋਈ ਜਾਂਦੀ ਆ ਇਹਦਾ ਮੈਂ ਤੈਨੂੰ ਅੱਜ ਕੱਢ ਦਵਾਂ ਮੈਨੂੰ ਦਿੱਲੀ ਵਾਲਾ ਆਕਾ ਨਹੀਂ ਕੱਢਣ ਦਿੰਦਾ ਸੋ ਇਸ ਕਰਕੇ ਇਹ ਦਿੱਲੀ ਵਾਲੇ ਆ ਕੇ ਪੰਜਾਬ ਨੂੰ ਲੁੱਟਣ ਆਏ ਆ